भारत विकास परिषद के नॉर्थ खेतरी सकत्र इंजीनियर के सूद वालों गुरु पूर्णिमा के शुभ मौके पर शिवालिक एवन्यू फेज़ 1B की कैप्टन अमोल कालिया पार्क के गेट से स्थानक लोगों को तुलसी के पौधे वंडे गए। इंजीनियर के सूद ने दसिया कि वह पिछले 20-22 साल तो हर साल इस तरह लोगों को आप उगाए तुलसी के पौधे वंडते हैं। उन्हें कहा कि तुलसी बहुत ही गुणकारी पौधा है, इसनू घर विच लगाउण नाल वातावरण शुद्ध हुंदा है ते चाह ते दुध विच इसकी वरतों करना सेहत लई लाभदायक है। उन्हें इस दे नाल ही करोना महामारी संबंधी लोगों नू जागरूक करते हुए सावधानियां वरतन की अपील भी की। नंगल डैम तो सोनू थापर की विशेष रिपोर्ट। प्रोग्राम की है जी? ਇਹ ਤੁਲਸੀ ਦੇ ਬੂਟੇ ਹੈਗੇ ਅਤੇ ਮੈਂ ਤਕਰੀਬਨ ਨੰਗਲ 'ਚ ਪਿਛਲੇ 22-23 ਸਾਲ ਤੋਂ ਹਰ ਸਾਲ ਆਪਣੇ ਘਰ ਤੁਲਸੀ ਦੇ ਬੂਟੇ ਬਣਾਉਂਦਾ, ਤੁਲਸੀ ਅਤੇ ਨੀਮ ਦੇ, ਅਤੇ ਕਿਆਰੀ 'ਚ ਲਾ ਲਈ ਦੇ ਬੀਜਾਂ ਨਾਲ, ਛੋਟੀ ਜਿਹੀ ਕਿਆਰੀ 'ਚ ਹਜ਼ਾਰਾਂ ਹੀ ਬੂਟੇ ਬਣ ਜਾਂਦੇ, ਕਦੀ 2000, 2500, 3000 ਵੀ ਬਣ ਜਾਂਦੇ, 1500 ਵੀ, ਜਿੰਨੇ ਵੀ ਬਣਦੇ। ਫਿਰ ਉਹਨਾਂ ਨੂੰ ਇਕੱਲੇ ਇਕੱਲੇ ਇਸ ਤਰ੍ਹਾਂ ਹੀ ਲਿਫਾਫਿਆਂ 'ਚ ਲਗਾ ਲਈਦੇ, ਫਿਰ ਨੰਗਲ 'ਚ ਫਰੀ ਆਫ ਕੋਸਟ ਹਰ ਸਾਲ ਡਿਸਟ੍ਰੀਬਿਊਟ ਕਰੀਦਾ। ਇਹਦਾ ਫਾਇਦਾ ਇਹ ਹੈਗਾ ਵੀ ਇੱਕ ਤਾਂ ਬੰਦਾ ਬਿਮਾਰ ਨਹੀਂ ਹੁੰਦਾ ਤੁਲਸੀ ਦਾ ਯੂਜ਼, ਜੇ ਰੋਜ਼ਾਨਾ ਆਪਾਂ ਆਪਣੇ ਖਾਣ ਪੀਣ ਦੀਆਂ ਚੀਜ਼ਾਂ 'ਚ ਕਰੀਏ ਨਾ, ਦੁੱਧ ਚਾਹ 'ਚ ਪੀਣ ਵੇਲੇ ਆਪਾਂ ਦੁੱਧ ਚਾਹ 'ਚ ਪਾ ਲਈਏ 4-5 ਪੱਤੇ, ਬੱਚਿਆਂ ਨੂੰ ਵੀ ਪਿਲਾਈਏ, ਆਪ ਵੀ ਪੀਏ, ਤਾਂ ਸਰੀਰ ਦੀ ਜਿਹੜੀ ਇਮਿਊਨਿਟੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦੀ ਹੈ, ਜਿਹਨੂੰ ਆਪਾਂ ਹਿੰਦੀ 'ਚ ਕਹਿੰਦੇ ਸਰੀਰਕ ਰੋਗ ਪ੍ਰਤੀਰੋਧਕ ਸ਼ਮਤਾ ਜਿਹੜੀ ਹੁੰਦੀ ਹੈ ਬੋਡੀ ਦੀ, ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦੀ ਹੈ। ਸਰ ਇਹ ਮੁਹਿੰਮ ਤੁਸੀਂ ਕਿੰਨੇ ਸਾਲ ਤੋਂ ਚਲਾ ਰਹੇ ਅਤੇ ਕਿੰਨੇ ਬੂਟੇ ਹੁਣ ਤੱਕ ਵੰਡ ਚੁੱਕੇ? ਤਕਰੀਬਨ 22-23 ਸਾਲ ਹੋ ਗਏ, ਅਤੇ ਹਰ ਸਾਲ ਮੈਂ ਜਿਵੇਂ ਤੁਹਾਨੂੰ ਦੱਸਿਆ ਕਦੀ 1500, ਕਦੀ 1200, ਕਦੀ 2000, ਕਦੀ 2500 ਵੀ, ਜਿੰਨੇ ਲੱਗ ਜਾਣ ਸਰਵਾਈਵ ਕਰ ਜਾਣ ਉਹ ਸਾਰੇ ਫਰੀ ਆਫ ਕੋਸਟ ਵੰਡੀ ਹੋਏ ਆ। ਮਰਕਰੀ ਹੁੰਦਾ ਇਹਦੇ ਨਾਲ, ਵੈਸੇ ਬੰਦਾ ਬਿਮਾਰ ਹੀ ਨਹੀਂ ਹੁੰਦਾ। ਔਰ ਮੋਰ ਓਵਰ ਜਿਹੜਾ ਤੁਲਸੀ ਦਾ ਬੂਟਾ ਹੁੰਦਾ ਇਹਦੇ 1 ਮੀਟਰ ਦੇ ਡਾਇਆਮੀਟਰ 'ਚ, ਦਾਇਰੇ 'ਚ ਬਿਲਕੁਲ ਪਿਓਰ ਆਕਸੀਜਨ ਹੁੰਦੀ ਹੈ, ਇਹ ਏਅਰ ਪਿਓਰੀਫਾਈ ਕਰਕੇ ਰੱਖਦਾ ਤੁਲਸੀ ਦਾ ਬੂਟਾ ਨਾ। ਇਸੇ ਲਈ ਆਪਣੇ ਸ਼ੁਰੂ ਤੋਂ ਹੀ ਆਪਣੀ ਸੰਸਕ੍ਰਿਤੀ 'ਚ ਇਹ ਪੂਜਨੀ ਤੁਲਸੀ ਦਾ ਬੂਟਾ ਮੰਨਿਆ ਗਿਆ, ਅਤੇ ਘਰ 'ਚ ਲਾਉਣਾ ਇਹ ਬਹੁਤ ਅੱਛਾ ਹੁੰਦਾ ਹੈ। ਅਤੇ ਜਿਵੇਂ ਅੱਜ ਕੱਲ੍ਹ ਕੋਵਿਡ ਕੋਰੋਨਾ ਵਾਇਰਸ ਵੀ ਚੱਲ ਰਿਹਾ ਹੈ, ਇਹਦੇ 'ਚ ਵੀ ਆਪਾਂ ਡਾਕਟਰ ਵੀ ਦੱਸਦੇ ਆ ਵੀ ਸਰੀਰ ਦੀ ਜਿਹੜੀ ਹੈ ਇਮਿਊਨਿਟੀ ਬਹੁਤ ਸਟਰੋਂਗ ਹੋਣੀ ਚਾਹੀਦੀ ਹੈ ਤਾਂ ਕਿ ਤਾਂ ਇਨਸਾਨ ਬਚਿਆ ਰਹਿ ਸਕਦਾ ਹੈ। ਅਤੇ ਮੈਨੂੰ ਅੱਜ ਦੇ ਦੌਰ 'ਤੇ ਆਪਣਾ ਜਿਹੜਾ ਅਸੀਂ ਮੁਹਿੰਮ ਪਿਛਲੇ 22-23 ਸਾਲਾਂ ਤੋਂ ਚਲਾਈ ਹੋਈ ਹੈ, ਬਹੁਤ ਸੈਟਿਸਫੈਕਸ਼ਨ ਹੋਈ ਕਿ ਅਸੀਂ ਪਹਿਲਾਂ ਤੋਂ ਹੀ ਇਸ ਪਾਸੇ ਚੱਲੇ ਹੋਏ ਹਾਂ। ਅਤੇ ਇਸ ਲਈ ਵੈਸੇ ਤਾਂ ਅਸੀਂ ਅਗਸਤ 'ਚ ਕਰਦੇ ਹਾਂ, ਇਸ ਲਈ ਤਾਂ ਹੀ ਜਲਦੀ ਕਰਤਾ ਹੋਇਆ ਬਈ ਇਹ, ਕਿਉਂਕਿ ਕਰੋਨਾ ਵਾਇਰਸ ਦੀ ਜਿਹੜੀ ਮਹਾਂਮਾਰੀ ਹੈ ਬਹੁਤ ਪੀਕ 'ਤੇ ਚੱਲ ਰਹੀ ਹੈ, ਤਾਂ ਕਿ ਆਪਣੇ ਨੰਗਲ ਦੇ ਸ਼ਹਿਰ ਵਾਸੀਆਂ ਨੂੰ ਥੋੜ੍ਹਾ ਇਹਦਾ ਫਾਇਦਾ ਹੋਏ।